ਆ ਭਾਈ ਆਪਣੀ ਡਾਰਲਿੰਗ ਦੇ ਨਾਲ ਦਾ ਨੰਬਰ ਸੇਮ ਰਵੀਵਾਰ PV1 C5577 ਉਸ PV1 E5577 ਪਰਮਟ ਵਾਲੀ ਪਹਿਲੀ ਵਾਰੀ ਟੱਕਰੀ ਸੇਮ ਟੂ ਸੇਮ ਇੱਕ ਡਿਜਿਟ ਦਾ ਫਰਕ ਆ ਅਲਫਾਬੈਟ ਦਾ ਕਤੀੜ ਜਿਹੀ ਇੰਨੀ ਫਿਰੀ ਜਾਂਦੀ ਚਾਰ ਚਾਰ ਜਾਣੇ ਬਿਠਾ ਕੇ ਬਾਕੀ ਸਾਰਿਆਂ ਲਈ ਧਰਨਾ ਹੋ ਗਿਆ ਯਾਰ ਇੰਨੇ ਟਾਈਮ ਦਾ ਪਤਾ ਸੀ ਸਾਰੇ ਪੰਜਾਬ 'ਚ ਕੀ ਹਰਿਆਣੇ 'ਚ ਵੀ ਕਹਿੰਦੇ ਲੱਗਾ ਅੱਡਾ ਬੰਦਾ ਇੱਕ ਹਰਿਆਣੇ ਫਸਿਆ ਆ ਜਾਮ 'ਚ ਚਲੋ ਉਹ ਤਾਂ ਦੂਰ ਦਾ ਗੇੜਾ ਸੀ ਅਗਲੇ ਗੇੜੇ 'ਤੇ ਗਿਆ ਆਹ ਕੀ ਚੱਕਰ ਹੈ ਨਾ ਇਹਨਾਂ ਨੇ ਘਰ ਨੂੰ ਹੀ ਵਾਪਸ ਜਾਣਾ ਸੀ ਉਹ ਕਹਿੰਦੇ ਢਾਬੇ ਡੁੱਬੇ 'ਤੇ ਲਾ ਕੇ ਸੌ ਜਾਣਾ ਸਾਡੀਆਂ ਗਲੀਆਂ 'ਚ ਵੀ ਗੱਡੀ ਵੜ ਕੇ ਐਮਰਜੈਂਸੀ ਰਸਤੇ ਵੀ ਸਾਡੇ ਬਲੌਕ ਕਰਤੇ ਪਤਾ ਹੈ ਨਹੀਂ ਉਹ ਵੀ ਗੂਗਲ ਮੈਪ ਲਾ ਕੇ ਦੌੜੇ ਫਿਰਦੇ ਜਿੰਨੀਆਂ HR26 ਨੰਬਰ ਗੱਡੀਆਂ ਸਾਰੀਆਂ ਫਸੀਆਂ ਉੱਧਰ ਇਹ ਨਹੀਂ ਦੇਖਦੇ ਵੀ ਲਾਗਦਰੀ ਗੱਡੀ ਤੁਹਾਡੀ ਥੱਲੇ ਬਾਜੂ ਪਲਾਟਾਂ ਦਾ ਨਹੀਂ ਹੋਏ ਆ ਉਹ ਇੰਨਾ ਕਾਹਲੇ ਵੇਟ ਕਰ ਲਿਆ ਕਰੋ ਵੇਟ ਹੀ ਨਹੀਂ ਆਉਂਦੀ
ਸਿਸਟਮ ਦੇ ਵਿੱਚ ਮੁੱਖ ਐਡਵਾਈਜ਼ਰ ਪਰਸੋਂ ਦੋ ਬੰਦੇ ਲਾਏ ਆ ਤੇ ਦੋਨੋਂ ਗੈਰ ਪੰਜਾਬੀ ਆ ਪੰਜਾਬ ਦੇ ਨਹੀਂ ਕੀ ਗੱਲ ਇੱਥੇ ਆਈਐਸ ਆਈਪੀਐਸ ਰਿਟਾਇਰ ਨਹੀਂ ਕੀ ਗੱਲ ਇੰਨੇ ਯੋਗ ਬੰਦੇ ਪੰਜਾਬ ਦੇ ਵਿੱਚ ਨਹੀਂ ਜੇ ਤੁਹਾਡੀ ਸਰਕਾਰ ਦੇ 92 ਐਮਐਲਏ ਬਣਾ ਸਕਦੇ ਆ ਤੇ ਦੋ ਐਡਵਾਈਜ਼ਰ ਪੰਜਾਬ ਤੋਂ ਨਹੀਂ ਲੱਭੇ ਉਹ ਜਿਹੜੇ ਬੰਦੇ ਇਸ ਸਟੇਟ ਦੇ ਨਹੀਂ ਇੱਥੇ ਫਿਕਰੇ ਨਹੀਂ ਉਹ ਤੁਹਾਡੇ ਫਾਈਨਾਂਸ ਸਿਸਟਮ ਨੂੰ ਸੁਧਾਰ ਕਿਵੇਂ ਦੇਣਗੇ ਮੈਂ ਵਾਰ ਵਾਰ ਕਹਿੰਦਾ ਕਿਸੇ ਦਾ ਜਵਾਕ ਇੱਥੇ ਟਰਾਲੀ ਮਿੱਟੀ ਨਹੀਂ ਲੈ ਕੇ ਜਾਂਦਾ ਪੁਲਿਸ ਵਾਲੇ ਫੜ ਲਉਂਦੇ ਤਾਂ ਚਲਾਨ ਕੱਟਦੇ ਆ ਖੜੇ ਕਿੱਥੇ ਹੈ ਰੁਜ਼ਗਾਰ ਕਰ ਰਿਹਾ ਇੱਕ ਗਰੀਬ ਘਰ ਦਾ ਬੱਚਾ ਉਹ ਟਰਾਲੀ ਮਿੱਟੀ ਦੀ ਢੋ ਕੇ ਆਪਣਾ ਟੱਬਰ ਪਾਲਦਾ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ ਕਿ ਉਹਨੂੰ ਜਾਣਨਾ ਚਾਹੀਦਾ ਉਹ ਗਰੀਬ ਘਰਾਂ ਦੇ ਮੁੰਡੇ ਇੱਥੇ ਪਿੰਡ ਭਾਂਗੀ ਦੇ ਉਹ ਰਲ ਕੇ ਦੋ ਮੁੰਡਿਆਂ ਨੇ ਐਸੀਆਂ ਦੇ ਮੁੰਡੇ ਆ ਉਹਨਾਂ ਨੇ ਜੇਸੀਬੀ ਪਾ ਲਈ ਤੇ ਥਾਣੇ ਦੇ ਵਿੱਚ ਦੋ ਮਹੀਨੇ ਰਹੀ ਉਹਦੀਆਂ ਕੈਸਟਾਂ ਦੇਣੀਆਂ ਪਈਆਂ ਨੱਕ ਭੱਜ ਗਿਆ ਬੈਂਕਰਪਟ ਹੋ ਗਏ ਉਹ ਛੁੱਟੇ ਆ ਆਹ ਹਾਲਾਤ ਨੇ ਆਹ ਦਰਿਆ ਨੰਗਲਾ ਚੋਂ 25 ਕਿਲੋਮੀਟਰ ਦੂਰੋਂ ਜਿੰਨਾ ਮਰਜ਼ੀ ਰੇਤਾ ਲੈ ਲਓ ਕੁਦਰਤ ਕਦੋਂ ਕਹਿੰਦੀ ਆ ਵੀ ਸਾਡੇ ਵਿੱਚੋਂ ਰੇਤਾ ਨਾ ਲਓ ਇਹ ਸੁਖਾਂਤ ਹੈ ਮਾਲੀਆ ਜਨਰੇਟ ਕਰਨਾ ਕਿੱਥੋਂ ਹੈ ਮਾਲੀਆ ਜਨਰੇਟ ਹੋ ਰਿਹਾ ਹਰ 5 ਕਿਲੋਮੀਟਰ ਬਾਅਦ ਨਵਾਂ ਠੇਕਾ ਜ਼ਿੰਦਗੀ ਦੇ ਵਿੱਚ ਠੇਕਾ ਪੂਰੇ ਹਿੰਦੁਸਤਾਨ 'ਚ ਨਹੀਂ ਦੇਖਿਆ ਜਿੱਦਾਂ ਦੇ ਪੰਜਾਬ 'ਚ ਠੇਕੇ ਆ ਅਲੀ ਸ਼ਾਨ ਠੇਕੇ 20-30 ਲੱਖ ਰੁਪਈਆ ਉਹਦੀ ਸਜਾਵਟ ਤੇ ਲਾਇਆ ਗਿਆ ਤੇ ਫਿਰ ਉਹਦੇ 'ਚ ਲੁੱਟ ਕਿੰਨੀ ਹੋ ਰਹੀ ਆ ਤੇ ਸਰਕਾਰ ਕਹਿੰਦੀ ਆ ਜੇ ਅਸੀਂ ਪਿਛਲੀ ਵਾਰੀ ਇੰਨੇ ਰੁਪਈਆਂ ਦੀ ਸ਼ਰਾਬ ਵੇਚੀ ਉਹ ਤੋਂ ਦੁੱਗਣੀ ਕਰਤੀ ਆਹ ਪ੍ਰਾਪਤੀ ਸਾਡੀ ਹਜੇ ਗੁਰੂਆਂ ਪੀਰਾਂ ਦੀ ਧਰਤੀ ਆ ਵੀਰਵਾਰ ਐਤਵਾਰ ਮੰਗਲਵਾਰ ਕੋਈ ਛੱਡਦਾ ਨਹੀਂ ਮੱਸਿਆਂ ਸਦਾਂ ਦਾ ਵੱਖਰੀਆਂ ਇਹ ਸੁਖਾਂਤ ਹੈ ਝੋਨੇ ਦੀ ਲਿਫਟਿੰਗ ਕਰਾਉਣੀ ਹੈ ਵੀਰੋ ਏਕਾ ਜ਼ਰੂਰੀ ਹੈ ਵੋਟਰ ਮੈਂ ਨਹੀਂ ਹਾਂ ਮੈਂ ਕਿਸਾਨਾਂ ਦੇ ਨਾਲ ਖੜਾ ਮੈਂ 10 ਸਾਲ ਇੰਗਲੈਂਡ ਲਾਇਆ ਥੋਕ ਵਜਾ ਕੇ 24 ਘੰਟੇ ਕੰਮ ਕਰਕੇ ਛੱਡ ਕੇ ਆਇਆ ਆਪਣੀ ਮਰਜ਼ੀ ਨਾਲ ਖੜੇ ਹਾਂ ਮੈਦਾਨ ਦੇ ਵਿੱਚ ਭੱਜਣ ਵਾਲਿਆਂ ਤੋਂ ਨਹੀਂ ਵੋਟਰ ਮੈਂ ਵੀ ਹਾਂ ਬਹਾਦਰ ਸਿੰਘ ਜੀ ਵੋਟ ਤਾਂ ਇੱਕ ਦਿਨ ਪਾਉਣੀ ਹੈ ਨਾ ਕਿਸੇ ਨੇ ਕਿਸੇ ਪਾਰਟੀ ਨੂੰ ਕਿਸੇ ਨੇ ਕਿਸੇ ਨੂੰ ਪਾਉਣੀ ਹੈ ਇਹਦਾ ਮਤਲਬ ਇਹ ਹੋਇਆ ਵੀ ਵੋਟਰ ਕਿਸੇ ਵੀ ਪਾਰਟੀ ਦਾ ਹੋ ਸਕਦਾ ਜੇ ਵੋਟਰ ਕਿਸੇ ਵੀ ਪਾਰਟੀ ਦਾ ਪਰ ਉਹਦਾ ਦੁੱਖ ਸਾਂਝਾ ਹੋਊ ਜੇ ਉਹ ਕਿਸਾਨ ਦਾ ਪੁੱਤ ਹੈ ਜੇ ਉਹ ਮਜ਼ਦੂਰ ਦਾ ਪੁੱਤ ਹੈ ਜੇ ਆੜ੍ਹਤੀ ਦਾ ਪੁੱਤ ਹੈ ਆੜ੍ਹਤੀ ਦੇ ਪੁੱਤ ਨੂੰ ਪਤਾ ਹੈ ਵੀ ਅਸੀਂ ਵੀ ਰੋਟੀ ਕਿਸਾਨਾਂ ਦੇ ਦਰ ਤੋਂ ਖਾਂਦੇ ਹਾਂ ਉਹਦਾ ਦੁੱਖ ਜਾਗੂਗਾ ਉਹ ਪਾਰਟੀ ਨੂੰ ਘਰੇ ਛੱਡ ਕੇ ਆਊ ਅਸੀਂ ਹਰ ਇੱਕ ਨੂੰ ਜੀਆਂ ਕਹਿੰਦੇ ਹਾਂ ਇਹ ਸੰਘਰਸ਼ ਪਿੰਡ ਹੋ ਗਿਆ ਇਹ ਸੰਘਰਸ਼ ਪੰਜਾਬ ਸਰਕਾਰ ਦੇ ਖਿਲਾਫ ਪਿੰਡ ਹੋਇਆ ਤਗੜੇ ਹੋ ਜਾਓ ਸੱਟਾਂ ਤੁਹਾਡੇ ਤੇ ਬਚਣੀਆਂ ਸੱਟਾਂ ਬਚਣੀਆਂ ਤੁਹਾਡੇ ਤੇ ਅੱਜ ਵੀ ਰਾਜਮ ਚੱਡਾ ਤੇ ਸੰਦੀਪ ਪਾਠਕ ਪੰਜਾਬ ਨੂੰ ਚਲਾ ਰਿਹਾ ਉਹ ਪੰਜਾਬੀਆਂ ਤੁਸੀਂ ਅਬਦਾਲੀ ਦੀ ਧੌਸ ਨਹੀਂ ਝੱਲੀ ਤੁਸੀਂ ਔਰੰਗੇ ਦੀ ਧੌਸ ਨਹੀਂ ਝੱਲੀ ਅੱਜ ਉਹਦੇ ਰੂਪ ਚ ਮੂੰਹ ਦੇ ਮਿੱਠੇ ਕੇਜਰੀਵਾਲ ਰਾਜਮ ਚੱਡਾ ਤੇ ਉਹਦੀ ਟੀਮ ਜਿਹੜੀ ਸੰਦੀਪ ਪਾਠਕ ਵਰਗੇ ਤੁਹਾਡੀ ਹਿੱਕ ਦੇ ਉੱਤੇ ਚੜ ਗਏ ਆ ਤੁਸੀਂ ਸਿਆਣੇ ਹੋ ਜਾਓ ਏਕਾ ਕਰ ਲਓ ਛੋਟੀਆਂ ਲੜਾਈਆਂ ਛੱਡ ਕੇ ਵੱਡੀ ਲੜਾਈ ਜਿਹੜੀ ਸੈਂਟਰ ਆਪਾਂ ਬੀਜੇਪੀ ਨੂੰ ਸਮਝੀ ਬੈਠੇ ਆ ਪਰ ਮੇਰੀ ਨਿਗਾਹ ਦੇ ਵਿੱਚ ਦੋਨੋਂ ਬਰਾਬਰ ਆ ਜੇ ਕੇਂਦਰੀ ਵੀ ਦਿੱਲੀ ਦੇ ਤੱਕ ਤੋਂ ਪੰਜਾਬੀਆਂ ਨੂੰ ਚਲਾਉਣਾ ਚਾਹੁੰਦਾ ਤੇ ਉਹ ਵੀ ਬਰਾਬਰ ਤਾਂ ਭਾਗੀਦਾਰ ਆ ਤੋ ਤਗੜੇ ਹੋ ਕੇ ਚੱਲੋ ਸਾਨੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇਹੋ ਜਿਹਾ ਨੇਕ ਦਿਲ ਇਨਸਾਨ ਫਗਵਾੜੇ ਨੂੰ ਮਿਲਿਆ ਫਗਵਾੜੇ ਵਾਲਿਓ ਆਪਾਂ ਸਾਂਭਣਾ ਆਪਣੇ ਲੀਡਰ ਨੂੰ ਆਪਾਂ ਆਪਣੀ ਲੀਡਰਸ਼ਿਪ ਨੂੰ ਸਾਂਭਣਾ ਕੋਈ ਵੀ ਹੁਕਮ ਜਦੋਂ ਲੀਡਰਸ਼ਿਪ ਵੱਲੋਂ ਲੱਗਦਾ ਸਾਡੀ ਹੱਥ ਜੋੜ ਕੇ ਅਪੀਲ ਆ ਆਪਾਂ ਸਾਰੇ ਰਲ ਮਿਲ ਕੇ ਚੱਲੀਏ ਪਾਰਟੀ ਵਾਈ ਦੇ ਉੱਤੇ ਉੱਠ ਕੇ ਜੇ ਕੋਈ ਪੰਜਾਬ ਦਾ ਦੁੱਖ ਮੰਨਦਾ ਉਹ ਇੱਕ ਮੰਚ ਤੇ ਆ ਜਾਓ ਤੁਹਾਡੇ ਕੋਲ ਮਜ਼ਦੂਰਾਂ ਦੀ ਗੱਲ ਕਰਨ ਵਾਸਤੇ ਯੂਨੀਅਨ ਹੈ ਤੁਹਾਡੇ ਕੋਲ ਕਿਸਾਨਾਂ ਦੀ ਗੱਲ ਕਰਨ ਵਾਲੀ ਯੂਨੀਅਨ ਹੈ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਜਿੰਨਾ ਪੰਜਾਬ ਦੇ ਸਿਰ ਕਰਜ਼ਾ ਜਿੰਨਾ ਪੰਜਾਬ ਦੇ ਸਿਰ ਕਰਜ਼ਾ ਇੰਨੇ ਪੰਜਾਬੀਆਂ ਦਾ ਪੈਸਾ ਜਨਤਾ ਦੇ ਕੋਲ ਪਿਆ ਆ ਸਨੀ ਬੈਠਾ ਇੱਥੇ ਵਾਧਾ ਵਾਲਾ ਪਿੱਛੇ ਖੜਾ ਹੋਣਾ ਸਾਰੀ ਟੀਮ 17 ਲੱਖ ਰੁਪਈਆ ਤਾਜ਼ਾ ਕਢਾਇਆ ਅਸੀਂ ਦੋ ਅਮੀਰਾਂ ਨੇ ਮਹਾਤਰ ਬੱਲੇ ਉਹਨਾਂ ਨੇ ਕਢਾ ਕੇ ਦਿੱਤਾ ਅਮੀਰ ਬੈਠਾ ਇਹ ਵੀ ਕੰਮ ਤੁਹਾਡੇ ਕਰਨ ਵਾਲੇ ਲੋਕੀ ਆਸ ਲਾਈ ਬੈਠੇ ਆ ਛੋਟੀਆਂ ਲੜਾਈਆਂ ਤੋਂ ਪੱਟੀਆਂ ਸਾਨੂੰ ਨਜਿੱਠਣੀਆਂ ਪੈਣੀਆਂ ਠੀਕ ਹੈ ਕਿਸੇ ਔਰਤ ਦੇ ਪ੍ਰੋਬਲਮ ਆ ਜਾਂਦੀ ਆ ਬਹੁਤ ਪ੍ਰੋਬਲਮਾਂ ਹੁੰਦੀਆਂ ਔਰਤਾਂ ਕਿਸੇ ਨੂੰ ਦੱਸ ਨਹੀਂ ਸਕਦੀਆਂ ਪਰ ਇਹ ਸਟੇਜਾਂ ਤੇ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ ਜ਼ਰੂਰੀ ਨਹੀਂ ਸਾਰਿਆਂ ਦੀ ਨਹੀਂ ਇਹ ਦੀ ਨਾਸ ਨਹੀਂ ਹੋ ਗਿਆ ਇਹ ਦੀ ਨਾ ਉਹ ਹੈ ਜਿਹੜਾ ਹਰੀ ਸਿੰਘ ਨਲਵੇ ਨੇ ਮੁੱਲ ਪਾ ਕੇ ਤੁਹਾਨੂੰ ਦਿੱਤਾ ਇਹ ਉਹ ਹੈ ਬਰ ਮੰਗਣ ਆਈ ਨੂੰ ਧੀ ਬਣਾ ਕੇ ਤੋਰਿਆ ਵੇ ਤੂੰ ਮੇਰੀ ਧੀ ਹੈ ਤੈਨੂੰ ਪੁੱਤ ਚਾਹੀਦਾ ਇੱਕ ਨੂੰ ਕਹਿਤਾ ਤੂੰ ਮੇਰੀ ਮਾਂ ਹੈ ਮੈਂ ਆ ਤੇਰਾ ਪੁੱਤ ਤੂੰ ਮੇਰੀ ਮਾਂ ਹੈ ਤੈਨੂੰ ਪੁੱਤ ਚਾਹੀਦਾ ਹਰੀ ਸਿੰਘ ਨਲਵੇ ਵਰਗਾ ਮੈਂ ਆ ਤੇਰਾ ਪੁੱਤ ਉਹ ਇਹੋ ਜਿਹੇ ਕਰਤਾਰਾਂ ਦੇ ਲੋਕ ਆਪਾਂ ਚੜ੍ਹਦੀ ਕਲਾ ਦੇ ਵਿੱਚ ਜ਼ਿੰਦਗੀ ਜੀਏ ਹਾਂ ਕਲਯੁੱਗ ਦਾ ਸਮਾਂ ਸੂਰਿਆ
ਨਾਲ ਜੋ ਗੰਨਾ ਵੱਧ ਗਿਆ ਇੱਥੇ ਸਾਰਾ ਕੁਛ ਹੀ ਹੁਣ ਜਾਇਜ਼ ਹੋਈ ਜਾਂਦਾ। ਪਿਛਲੇ ਦਿਨੀ ਦੋ ਬਹੁਤ ਹੀ ਸਤਿਕਾਰਯੋਗ ਬਾਬਿਆਂ ਦੀਆਂ ਵਿਹੋੜੀਆਂ ਉਹ ਬਾਹਰ ਆ ਗਈਆਂ। ਕਲਯੁਗ ਦਾ ਪਹਿਰਾ, ਆਪਾਂ ਸਿਰ ਜੋੜ ਕੇ ਬੈਠੀਏ, ਲੜਾਈ ਲੰਮੀ ਹੈ। ਲੜਾਈ ਅੱਜ ਪੰਜਾਬ ਸਰਕਾਰ ਦੇ ਖਿਲਾਫ ਹੈ, ਸਿੱਧੀ ਔਰ ਸਪਸ਼ਟ ਔਰ ਟੱਕਰ ਦੇ ਵਿੱਚ ਲੜਾਈ ਹੈ। ਇਹ ਉਨਾ ਚਿਰ ਹੁਣ ਖਤਮ ਨਹੀਂ ਹੋਣੀ ਜਿੰਨਾ ਚਿਰ ਇਹਨਾਂ ਨੇ ਕਹਿ ਬੋਲ ਪਧਾਰੀਆਂ ਸੜਕਾਂ ਗਲੀਆਂ ਨਾਲੀਆਂ ਇਹ ਤਾਂ ਆਪਾਂ ਆਪ ਹੀ ਬਣਾ ਲਵਾਂਗੇ। ਜਿੰਨਾ ਚਿਰ ਤੁਹਾਡੀ ਫਸਲ ਮੰਡੀਆਂ ਚ ਰੋਲੀ ਰਹੀ, ਆਹ ਗਰੀਬਾਂ ਨੂੰ ਵੀ ਰੁਜ਼ਗਾਰ ਨਹੀਂ ਮਿਲਣਾ। ਸਾਡੇ ਆਪਣੇ ਨੇ ਇਹ ਵੀ ਆਸ ਲਾ ਕੇ ਬੈਠੇ ਹੁੰਦੇ ਆ ਕਿ ਜ਼ਿਮੀਂਦਾਰਾਂ ਦੀ ਫਸਲ ਪਾਤੀ। ਸੱਚ ਹੈ ਭੈਣੋ, ਜ਼ਿਮੀਂਦਾਰਾਂ ਦੀ ਫਸਲ ਪਾਤੀ। ਤੁਸੀਂ ਅੱਗੇ ਪਿੱਛੇ ਜਾਨਵਰਾਂ ਨੂੰ ਛੱਤ ਤੇ ਦਾਣੇ ਪਾਇਓ, ਖਾਣਗੇ, ਤੇ ਜਦੋਂ ਫਸਲ ਸਾਰੀ ਸਾਹਿਬ ਪੱਕ ਜਾਂਦੀ ਉਹ ਖਾਂਦੇ ਨੀ ਛੱਤ ਵਾਲੇ ਦਾਣੇ। ਉਹਨਾਂ ਨੂੰ ਵੀ ਪਤਾ ਵੀ ਫਸਲ ਪੱਕ ਗਈ, ਉਹ ਵੀ ਆਪਣਾ ਢਿੱਡ ਚੁੱਕ ਕੇ ਭਰਦੇ ਆ। ਸੋ ਅੱਜ ਦਾ ਜਿਹੜਾ ਕਸ਼ਟ ਅਸੀਂ ਦਿੱਤਾ ਟ੍ਰੈਫਿਕ ਨੂੰ, ਉਹਦੇ ਲਈ ਅਸੀਂ ਮਾਫ਼ੀ ਮੰਗਦੇ ਹਾਂ, ਕਿਉਂਕਿ ਸਾਡੀਆਂ ਲੋੜਾਂ ਵੱਡੀਆਂ। ਕਿਸਾਨੀ ਮੁੱਦੇ ਦੇ ਉੱਤੇ ਭਰਾਵੋ ਹੱਥ ਜੋੜ ਕੇ ਬੇਨਤੀ ਹੈ, ਆਪਾਂ ਇਕੱਠੇ ਹੋਈਏ, ਚੜ੍ਹਦੀ ਕਲਾ ਕਰੀਏ, ਪੰਜਾਬ ਔਰ ਪੰਜਾਬੀਅਤ ਦੀ ਗੱਲ ਕਰੀਏ। ਇਹਦੀਆਂ ਹੱਥਾਂ ਸੌੜੀਆਂ ਹੋ ਰਹੀਆਂ। ਇੱਕ ਬੇਨਤੀ ਆਪਾਂ ਤੁਹਾਡੇ ਸਾਹਮਣੇ ਰੱਖਣੀ ਹੈ, ਤਕੜੇ ਹੋ ਕੇ ਇਸ ਗੱਲ ਦੀ ਵਿਚਾਰ ਕਰਿਓ ਕਿ ਜੇ ਸੰਸਥਾਵਾਂ ਨੂੰ ਲੁੱਟਣਾ ਤੇ ਆਪਾਂ ਕਿੱਥੇ ਖੜੇ ਹੈ। ਸ਼ਿਕਲੀਗੜ ਪੰਜਾਰਿਆਂ ਦੇ ਉੱਤੇ ਆਪਾਂ ਨੂੰ ਕੰਮ ਕਰਨਾ ਪੈਣਾ, ਇਦੋਂ ਘੱਟ ਪੰਜਾਬ ਦਾ ਸਰਨਾ ਨਹੀਂ। ਸਾਨੀ ਸਾਹਿਬ ਨੂੰ ਬੇਨਤੀ ਹੈ ਕਿ ਆਪ ਮੰਚ ਤੇ ਆ ਕੇ ਸਟੇਜ ਦੀ ਸਮਾਪਤੀ ਵੱਲ ਨੂੰ ਆਪਾਂ ਸਾਰਿਆਂ ਨੂੰ ਵਧਾਈਏ ਜੀ। ਸਰਦਾਰ ਸਤਨਾਮ ਸਿੰਘ ਜੀ, ਸਾਨੀ ਸਾਹਿਬ ਬਹੁਤ ਬਹੁਤ ਧੰਨਵਾਦ। ਇਹ ਖੁੱਲ ਗਿਆ ਧਾਰਨਾ, ਦੇਖਿਆ ਉਹ ਪੰਜਾਂ ਮਿੰਟਾਂ 'ਚ ਕੀ ਆਖਰ ਆ ਗਈ ਅਬੇ, ਗਲ ਪੈਣ ਡਈਆਂ ਇਹ ਸਾਰੀਆਂ। ਚਲੋ ਜੀ ਹੁਣ ਵਿਹਲੇ ਕਿਉਂ ਕਰਿਆ ਮੈਡਮ ਜੀ ਤੁਸੀਂ ਆਏ, ਤੁਹਾਡੀ ਤਾਂ ਸੁਣੋਗੇ। ਕਿਸਾਨ ਮਜ਼ਦੂਰ ਆੜ੍ਹਤੀਆਂ ਗੁਰੂ ਏਕਾ ਚਿਨਾਰ, ਕਿਸਾਨ ਮਜ਼ਦੂਰ ਏਕਾ ਚਿਨਾਰ, ਬਲੇ ਸਾਰੇ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਅੱਜ ਇਸ ਘਰ ਦੇ ਵਿੱਚ ਪਹੁੰਚੀਆਂ ਆਉਂਦੀਆਂ ਜਗੀਤਾਂ, ਜਿਹਨਾਂ ਦਾ ਬਣਾਏ ਸਿਰ ਮੱਥੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਗਜੈਕਟ 3 ਵਜੇ ਖੁੱਲ੍ਹ ਗਿਆ ਜੀ। ਲੋ ਜੀ ਇਹ ਵੀ ਪਤਾ ਕਰ ਰਹੀ ਹੈ। ਟਰੱਕ ਵਾਲੇ ਜਿਹੜੇ ਇੰਨੀ ਵੇਟ ਕਰ ਗਏ, ਬਾਕੀ ਤਾਂ ਲੋਕੀ ਗਾਲ ਪੈਂਦੇ ਸੀ। ਇਹਨਾਂ ਨੂੰ ਘਰੇ ਪਤਾ ਆ ਵੀ ਸਾਰੇ ਸ਼ਹਿਰ 'ਚ ਲੱਗੇ, ਸਾਰੇ ਹਰਿਆਣੇ 'ਚ ਵੀ ਲੱਗਾ, ਇੱਥੇ ਵੀ ਲੱਗਾ ਸੀ। ਆਮ ਲੋਕੀ ਤਾਂ ਗਲੇ ਹੀ ਪੈਂਦੇ ਸੀ। ਹਾਂਜੀ